ਸਰਹੰਦ ਦੇ ਵਾਰਡ ਨੰਬਰ 2 ਵਿਖੇ ਐਤਵਾਰ ਕਰੀਬ 7 ਵਜੇ ਇੱਕ ਬਜ਼ੁਰਗ ਔਰਤ ਨੂੰ 2 ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀ ਮਾਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਘਟਨਾ ਦੀ ਸੂਚਨਾ ਮਿਲਦੇ ਹੀ ਮੌਕੇ ਤੇ SPD ਹਰਪਾਲ ਸਿੰਘ, ASP ਰਵਜੋਤ ਗਰੇਵਾਲ, ਫਤਿਹਗੜ੍ਹ ਸਾਹਿਬ ਥਾਣਾ ਦੇ SHO ਗੁਰਪ੍ਰੀਤ ਸਿੰਘ ਅਤੇ ਚੌਂਕੀ ਇੰਚਾਰਜ ਸਰਹੰਦ ਨਰਿੰਦਰ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ ਤੇ ਪਹੁੰਚੇ ਅਤੇ ਜ਼ਖਮੀ ਸੁਰਜੀਤ ਕੌਰ ਨੂੰ ਇਲਾਜ ਲਈ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ, ਜਿੱਥੇ ਬਜ਼ੁਰਗ ਔਰਤ ਦੀ ਹਾਲਤ ਗੰਭੀਰ ਦੇਖਦੇ ਹੋਏ ਉਸ ਨੂੰ ਸਰਕਾਰੀ ਹਸਪਤਾਲ ਚੰਡੀਗੜ੍ਹ ਵਿੱਚ ਰੈਫਰ ਕਰ ਦਿੱਤਾ ਗਿਆ। ਇਸ ਪੂਰੇ ਮਾਮਲੇ ਨੂੰ ਪੁਰਾਣੀ ਜ਼ਮੀਨੀ ਰੰਜਿਸ਼ ਦੱਸਿਆ ਜਾ ਰਿਹਾ ਹੈ। ਬਾਬਾ ਪੀਰ ਕਲੋਨੀ ਓਲਡ ਮੰਡੋਫਰ ਰੋਡ ਤੇ ਅੱਜ ਸਵੇਰੇ ਕਰੀਬ 7 ਵਜੇ 2 ਅਣਪਛਾਤੇ ਵਿਅਕਤੀਆਂ ਨੇ, ਨਾਂ ਨਹੀਂ ਪਤਾ ਮੈਨੂੰ, ਸਾਡੇ ਆਂਟੀ ਜੀ ਨੇ ਗੁਆਂਢੀ, ਉਹਨਾਂ ਦੇ ਗੋਲੀ ਮਾਰੀ, ਉਹਨਾਂ ਦੇ ਬਾਂਹ ਵਿੱਚ ਲੱਗੀ ਅਤੇ ਬਚਾਓ ਹੋ ਗਿਆ। ਉਹ ਆਂਟੀ ਜੀ ਨੇ ਦੇਖੇ ਨੇ, ਇੱਕ 2 ਸਾਡੇ ਗੁਆਂਢੀ ਦੁੱਧ ਲਿਆ ਸੀ, ਉਹਨਾਂ ਨੇ ਦੇਖੇ ਨਹੀਂ, ਉਹਨਾਂ ਨੇ ਮੂੰਹ ਦੇ ਹੋਏ ਸੀ ਰੁਮਾਲ, ਕੁਛ ਨਹੀਂ ਪਤਾ ਲੱਗਿਆ ਜੀ। ਸਵੇਰੇ ਪਿਆਦਾ ਪਰ ਗੋਲੀ ਚਲਾ ਗਈ 2 ਜਣੇ, ਹਾਂਜੀ, ਉਹਨਾਂ ਦੇ ਰੁਮਾਲ ਬੰਨੇ ਵੇ ਤੇ ਮੂੰਹ ਤੇ, ਮੋਟਰਸਾਈਕਲ 'ਤੇ ਸੀ, ਸਪਲੈਂਡਰ ਮੋਟਰਸਾਈਕਲ ਸੀ, ਅਤੇ ਇੱਕ ਬੁੱਢਾ ਸੀ ਮੁੰਡਾ ਅਤੇ ਇੱਕ ਸਰਦਾਰ ਸੀ, ਦੁੱਧ ਪਵਾ ਅਤੇ ਮੰਮੀ ਦੁੱਧ ਪਵਾ ਰਹੇ ਸੀ, ਨਾਮ ਵੀ ਆਪਣਾ ਜ਼ਮੀਨ ਦਾ ਜੀ, ਰੌਲਾ ਚੱਲਦਾ ਜੀ ਸਾਡਾ, ਹਾਂਜੀ, ਧੁੰਮਾ ਪਿੰਡ ਦੇ ਵਿੱਚ ਜ਼ਮੀਨ ਜੀ, 17 ਕਿੱਲੇ ਉੱਥੇ, ਉਹਦਾ ਰੌਲਾ ਚੱਲ ਸਾਡਾ। ਪਹਿਲਾਂ ਜਿਹੜੇ ਇੱਦਾਂ ਦੀ ਕੋਈ ਵਾਰ ਨਹੀਂ ਚੱਲਦਾ ਸੀ, ਕਿਸੇ ਜੀ ਮੇਰੇ ਨਾਨਕਿਆਂ ਦੀ ਜ਼ਮੀਨ ਆ ਜੀ, ਹਾਈਕੋਰਟ ਤੋਂ ਜਿੱਤ ਗਏ ਜੀ ਅਸੀਂ, ਸੜਕ 'ਚ ਹੋਇਆ ਵਾ, ਉਹ ਤਕਰੀਬ 1.5 ਸਾਲ ਹੋ ਗਿਆ ਜੀ। ਸੁਰਜੀਤ ਹੋ ਰਹੇ ਜੀ, ਗੋਲੀ ਮਾਰ ਗਏ ਮੁੰਡੇ, ਕੌਣ ਸੀਗੇ? ਇੱਕ ਤਾਂ ਇੱਥੇ ਲੱਗਿਆ, ਹਾਂਜੀ, ਆਹ ਬਾਂਹ ਤੇ ਲੱਗੀ, ਕਾਰਨ ਤਾਂ ਮੇਰੀ ਜ਼ਮੀਨ ਦਾ ਜਿਹੜਾ ਉਹਦੇ ਕਰਕੇ, ਹਾਂਜੀ, ਬੰਦੇ ਪਛਾਣ ਨਹੀਂ ਆਏ ਉਨੇ ਵੇ ਤੇ ਉਹਨਾਂ ਦੇ, ਹਾਂਜੀ ਹਾਂਜੀ। ਅੱਜ ਸਵੇਰੇ ਤਕਰੀਬਨ 7 ਵਜੇ ਸਾਨੂੰ ਇਨਫੋਰਮੇਸ਼ਨ ਪਹੁੰਚੀ ਕਿ ਇੱਕ ਲੇਡੀ ਨੇ, ਸੁਰਜੀਤ ਕੌਰ, ਵਾਈਫ ਆਫ ਨਸੀਬ ਸਿੰਘ, ਪਿੰਡ ਬਲਾੜੇ ਦੇ ਰਹਿਣ ਵਾਲੇ ਨੇ, ਜੋ ਕਿ ਹੁਣ ਤਕਰੀਬਨ 10 ਸਾਲਾਂ ਤੋਂ ਫਤਿਹ ਸਾਹਿਬ ਵਿੱਚ ਬਾਬਾ ਪੀਰ ਕਾਲੋਨੀ 'ਚ ਰਹਿ ਰਹੇ ਸਨ। ਇਹਨਾਂ ਦੀ ਉਮਰ ਕਰੀਬ 78 ਈਅਰਸ ਹੈਗੀ ਹੈ। ਇਹਨਾਂ 'ਤੇ 2 ਅਣਪਛਾਤੇ ਵਿਅਕਤੀਆਂ ਨੇ ਆਰਮਡ ਹਮਲਾ ਕੀਤਾ ਹੈ। ਪ੍ਰਿਲੀਮਿਨਰੀ ਇਨਵੈਸਟੀਗੇਸ਼ਨ 'ਚ ਪਤਾ ਚੱਲਿਆ ਕਿ ਇਹ ਬਾਹਰ ਘਰੋਂ ਬਾਹਰ ਦੁੱਧ ਲਏ ਸੀਗੇ ਅਤੇ ਉਸ ਦੌਰਾਨ ਇੱਕ ਮੋਟਰਸਾਈਕਲ 'ਤੇ 2 ਮੁੰਡੇ ਮੂੰਹ ਢੱਕੇ ਹੋਏ ਸੀਗੇ ਉਹਨਾਂ ਨੇ, ਅਤੇ ਮੋਟਰਸਾਈਕਲ ਦੀ ਵੀ ਕੋਈ ਆਈਡੈਂਟੀ ਐਵੇਂ ਡਿਸਕਲੋਜ਼ ਨਹੀਂ ਹੋ ਪਾਈ ਹੈ, ਅਤੇ ਉਹਨਾਂ ਨੇ ਇਹਨਾਂ 'ਤੇ ਅਟੈਕ ਕੀਤਾ ਗੋਲੀ ਦੇ ਨਾਲ, ਇੱਕ ਫਾਇਰ ਕੀਤਾ, ਅਤੇ ਉਹਦੇ ਨਾਲ ਇਹਨਾਂ ਦਾ ਰਾਈਟ ਫੋਰ ਆਰਮ ਜਿਹੜਾ ਹੈਗਾ ਇੰਜਰ ਹੋ ਗਿਆ, ਮੈਡੀਕਲ ਪ੍ਰੋਸੀਜਰ ਇਹਨਾਂ ਦਾ ਚੱਲ ਰਿਹਾ, ਅਤੇ ਬਾਕੀ ਇਹਦੇ ਬਾਰੇ ਜੋ ਜਿਵੇਂ ਉਹ ਬਿਆਨ ਦਿੱਤੇ ਜਾਂਦੇ ਨੇ ਅਤੇ ਜਿਹੜੀ ਵੀ ਗੱਲ ਹੁੰਦੀ ਹੈ ਕਾਨੂੰਨ ਮੁਤਾਬਿਕ ਕਾਰਵਾਈ ਕੀਤੀ ਜਾਵੇਗੀ।